ਜ਼ੁਬੈਰ ਅਹਿਮਦ ਦੀ ਕਹਾਣੀ ਇੱਕ ਅਨ ਹੋਈ ਪੜਿਆਰ ਆਗੂ ਨਾਲ ਮਿਲਨੀ ਤਮਾਈ ਛਮਾਈ ਗੈਬ ਸ਼ਾਹ ਦੀ ਟੱਲੀ ਖੜਕਦੀ ਏ ਬਾਬਾ ਜੀ ਕਿੱਥੇ ਜਿਉਂਦੇ ਕੇ ਲੱਗੇ ਗਏ ਜਿਉਂਦੇ ਆ ਗੱਜ ਵੱਜ ਕੇ ਤੇਰੇ ਸ਼ਹਿਰ ਅੰਦਰ ਤੂੰ ਆਪੇ ਸੱਚੀ ਮੁੱਚੀ ਦਾ ਗੈਬ ਸ਼ਾਹ ਹੋ ਗਿਆ ਤੇ ਮੈਂ ਵਲਦਾ ਦਿਨ ਸ਼ਹਿਰ ਤੇ ਬਾਬਾ ਜੀ ਖੱਚ ਹੋ ਗਿਆ ਧੂਆਂ ਕਾਰਾਂ ਮੋਟਰਸਾਈਕਲਾਂ ਪਲਾਜ਼ੇ ਹੱਟੀਆਂ ਹੋਰ ਹੱਟੀਆਂ ਜੁੱਤੀਆਂ ਲੋਹਾਰੀਏ ਰਾਈਵਿੰਡ ਜਾ ਵਸੇ ਨੇ ਫਿਰ ਉਹ ਠੱਠਾ ਮਾਰ ਹੱਸ ਪੈਂਦਾ ਏ ਤੱਕੀ 바ਵਾ ਚੇਤੇ ਉਹ ਪੁੱਛਦਾ ਆਹੋ ਮਿਲਣਾ ਹੀ ਉਹ ਕਿੱਥੋਂ ਲਿਭਾਈ ਬਸ ਲੱਪਿਆ ਗਵਾਚਦਾ ਕੋਈ ਨਹੀਂ ਅੰਨੀ ਰੁੱਜ ਵਿੱਚ ਫਾਤੇ ਰਹਿਨੇ ਆ ਛੱਡ ਦੇਨੇ ਆ ਮਿਲਣਾ ਵਿਸਰ ਜਾਂਨੇ ਆ ਵੇਲਾ ਪਲਾਕੀ ਮਾਰ ਜਾਂਦਾ ਰਾਵਾਂ ਦੀ ਧੂੜ ਚ ਬੰਦਿਆਂ ਦੇ ਮਹੰਦਰੇ ਟੈਂਦੇ ਜਾਂਦੇ ਨੇ ਤੇ ਉਹ ਆਪਣੇ ਮਨ ਪਸੰਦ ਅੱਖਰ ਬੋਲਦਾ ਫਲਸਫੀਆਂ ਭੋਰਦਾ ਵਾ ਗੈਬ ਸ਼ਾ ਨਾਲੇ ਤੇਰੀ ਮਸ਼ੂਕ ਦਾ ਘਰ ਏ ਉਹ ਮੈਨੂੰ ਛੇੜਦਾ ਹੱਸਦਾ ਟੜੀ ਆਰ ਸਾਰੀ ਆਤੀ ਲੰਘ ਗਈ ਕਦੀ ਉਸ ਕੋਈ ਗੱਲ ਤੱਕ ਕੀਤੀ ਨਹੀਂ ਤੂੰ ਕੀਤੀ ਉਸਾਂ ਦੇ ਹਫਤੇ ਦਾ ਦਿਨ ਮਿੱਥਿਆ ਕਿਉਂ ਜ ਉਹ ਦਿਨ ਵੇਲ ਹੁੰਦਾ ਵੇਲ ਹੁੰਦੀ ਸੀ ਚੱਲਾਂਗੇ ਤੇਰੀ SUZUKI ਗੱਡੀ ਨਹੀਂ ਠੀਕ ਨਹੀਂ ਨਾਲੇ ਇਸ ਸ਼ੀਸ਼ੇ ਤੇ ਲੋਹੇ ਚ ਬਣੇ ਸ਼ਹਿਰ ਚ ਮੈਥੋਂ ਨਹੀਂ ਚੱਲਦੀ ਮੇਰੀ SUZUKI ਕਾਰ ਬਹੁਤ ਪੁਰਾਣੀ ਹੈ ਤੇ ਥੋੜੀ ਜੀ ਟੇਢੀ ਚੱਲਦੀ ਹੈ ਤੇ ਸਿੱਧੀ ਨਹੀਂ ਤੇ ਗੈਬ ਸ਼ਾ ਵਾਰ-ਵਾਰ ਕਹੀ ਜਾਂਦਾ ਬਾਵਾ ਜੀ ਸਿੱਧੀ ਚਲਾਓ ਮੈਂ ਕਹਿੰਨਾ ਇੰਜੀ ਚਲਦੀ ਹੈ ਤੱਕੀ ਸਾਡੀ ਪੁਰਾਣੀ ਢਾਣੀ ਚੋਂ ਸੀ। ਲ ਕਾਲੇ ਦੇ ਲਾਭ ਪਰਵਾ ਦੇ ਅਨਸਾਰਾ ਸ਼ਹਿਰ ਗਾਹ ਛੱਡਣਾ ਸਾਂ ਗੋਲ ਬਾਗ ਤੋਂ ਲੈ ਵਾਪਡਾ ਹਾਊਸ ਕਿਹੜਾ ਕੈਫੇ ਟੀ ਸਟਾਲ ਸਾਂ ਛੱਡਿਆ ਹੋਣਾ ਤੇ ਐਜੂਕੇਸ਼ਨ ਕਾਲਜ ਦੀ ਸੜਕ ਤੇ ਨਾਨ ਛੋਲਿਆਂ ਦੀਆਂ ਪਾਲੋ ਪਾਲ ਹੱਟੀਆਂ ਹੁੰਦੀਆਂ ਸਨ ਜਿੱਥੇ ਸਸਤੀ ਰੋਟੀ ਲੱਭ ਜਾਣੀ ਅਸੀਂ ਉੱਥੋਂ ਰੋਟੀ ਖਾ ਕੇ ਮੁੜ ਮਾਲ ਰੋਡ ਦੀ ਕਿਸੇ ਨਾ ਕਿਸੇ ਥਾਂ ਬਹਿ ਜਾਣਾ। ਐਨ ਸੀ ਐਚ ਕੈਂਜ਼ ਹੁੰਦਾ ਸੀ ਫਿਰ 올ਡ ਕੈਂਪਸ ਵਿੱਚ ਵੀ ਇੱਕ ਰੈਸਟੋਰੈਂਟ ਹੋਣਾ ਜਿੱਥੇ ਬਹੁਤੀ ਦੁਪਹਿਰ ਦੀ ਰੋਟੀ ਖਾਧੀ ਜਾਣੀ ਟਲੰਟਨ ਮਾਰਕੀਟਸ ਕੈਪਰੀ ਕਬਾਨਾ ਹੁੰਦੇ ਸੀ ਫਿਰ ਚੀਨਸ ਕਾਫੀ ਹਾਊਸ ਪਾਰਕੀ ਹਾਊਸ ਪੀਜੋ ਵਾਈਮਸੀ ਨੁਕਰੇ ਅਫੇ ਦਾ ਟੀ ਸਟਾਲ ਤੇ ਅੱਗੇ ਹੋਰ ਹੋਰ ਅੱਧਾ ਸੈਟ ਚਾਹ ਦੇ ਆਰਡਰ ਉੱਤੇ ਕਈ ਘੰਟੇ ਲੰਘ ਜਾਣੇ 6 6 ਬੰਦੇ ਭੋਗਦੇ ਜਾਣੇ ਥੇ ਸਾਡੇ ਕਬੇਲੀ ਤਾਂ ਪੱਤੀ ਵੀ ਚੂਸ ਜਾਣੇ ਹੁਣ 45 ਵਰੇ ਤਾਂ ਲੰਘ ਗਏ ਨੇ ਸਨ 7777 ਗਵਰਨਮੈਂਟ ਕਾਲਜ ਕਿਹੜਾ ਪੜਿਆ ਹੋਣਾ ਜਿਹੜਾ ਤੱਕੀ ਨੂੰ ਨਾ ਜਾਂਦਾ ਹੋਵੇ ਕਮਾਲ ਦਾ ਡਿਬੇਟਰ ਤੇ ਹੋਰ ਡਿਬੇਟ ਡਿਬੇਟ ਉਸ ਜਿੱਤ ਲੈਣੀ ਤੇ ਹਰ ਡਿਬੇਟ ਉਹਨੇ ਜਿੱਤ ਲੈਣੀ ਕਦੀ ਪੰਜਾਬੀ ਕਦੀ ਉਰਦੂ ਐਫਐਚ ਉਸ ਰਾਵੀ ਫਰੰਟ ਬਣਾਇਆ ਤੇ ਉਹਨੂੰ ਸਣੇ 2-3 ਹੋਰ ਮੁੰਡਿਆਂ ਦੇ ਕਾਲਜ ਚੋਂ ਕੱਢਤਾ ਗਿਆ ਬੜਾ ਰੌਲਾ ਬਣਿਆ ਪਰ ਕੁਝ ਨਾ ਹੋਇਆ ਤਕੀ ਪ੍ਰਾਈਵੇਟ ਐਫਏ ਕੀਤਾ ਤੇ ਮੜ ਬੀਏ ਚ ਡਿਬੇਟਰ ਦੀਆਂ ਸੀਟਾਂ ਉੱਤੇ ਕਾਲਜ ਆ ਗਿਆ ਤੇ ਮੜ ਉਹ ਚੱਲ ਸੋ ਚੱਲ ਇੱਕ ਆਸ਼ਕ ਨਾਂ ਦਾ ਮੁੰਡਾ ਹੁੰਦਾ ਸੀ ਕਾਲਾ ਦੂਤ ਜਿਸ ਨਾਲ ਉਹਦੀ ਬੁੜੀ ਲੱਗਦੀ ਸੀ ਤਕੀ ਦਾ ਵੱਡਾ ਭਰਾ ਬਾਬਾਈ ਸੋਸ਼ਲਿਜ਼ਮ ਦਾ ਸੈਕਟਰੀ ਸੀ ਕਰਜ਼ਾ ਲੈ ਲੂਮਾਂ ਲਾਈਆਂ ਪਰ ਕੰਮ ਨਾ ਚੱਲਿਆ 70 ਦੀ ਇਲੈਕਸ਼ਨ ਚ ਤਕੀ 7ਵੀਂ 8ਵੀਂ ਚ ਹੋਣਾ ਉਹਨੇ ਸਿਆਸੀ ਜਲਸਿਆਂ ਚ ਤਕਰੀਰਾਂ ਕਰਨੀਆਂ ਲੋਕੀ ਉਹਨੂੰ ਨੰਨਾ ਮੁਜ਼ਾਹਿਦ ਕਹਿੰਦੇ ਸਨ ਉਸ ਨੇ ਸ਼ਾਨਦਾਰ ਤਕਰੀਰ ਕਰਨੀ ਪਈ ਉਹਦੇ ਪਿੱਛੋਂ ਪੰਡਾਲ ਖਾਲੀ ਹੋ ਜਾਣਾ ਇਸ ਲਈ ਉਹਦੇ ਕੋਲੋਂ ਸਭ ਤੋਂ ਉੱਤੇ ਤ ਉੱਤੇ ਤਕਰੀਰ ਕਰਾਈ ਜਾਣੀ ਉਹਦਾ ਵੱਡਾ ਭਰਾ ਉਹਦੀ ਅਗਲੀਆਂ ਚੋਣਾ ਲੜਾਣਾ ਚਾਹੁੰਦਾ ਸੀ ਉਸ ਪਾਰਟੀ ਕੋਲੋਂ ਟਿਕਟ ਵੀ ਲੈ ਲਈ ਉਹਨੇ ਤੱਕੀ ਦੇ ਦਿਮਾਗ 'ਚ ਇਹ ਪਾਤਾ ਕਿ ਅੱਗੋਂ ਹੀ ਪੜਿਆ ਰਾਗੂ ਤੇ ਤੱਕੀ ਵੀ ਆਪਣੇ ਆਪ ਨੂੰ ਇੰਜ ਦਾ ਹੀ ਸਮਝਣ ਲੱਗ ਪਿਆ ਫਿਰ ਕਿਸੇ ਨੂੰ ਕੀ ਪਤਾ ਸੀ ਕਿ ਜਿਆਲ ਹੱਕ ਦੇ 11 ਬਰਿਆਂ ਦੀ ਕਾਲੀ ਰਾਤ 'ਚ ਚੋਣਾ ਨਾ ਹੋਈਆਂ ਤੇ ਕੌਲਜਾਂ 'ਚ ਇਸਲਾਮੀ ਪਾਰਟੀ ਦਾ ਰਾਜ ਹੋ ਗਿਆ ਕਿ ਆਖਦੇ ਨੇ ਨਾਦੀ ਧੋਤੀ ਰਹਿ ਗਈ ਮੈਂ 77 ਚ ਪੰਜਾਬ ਯੂਨੀਵਰਸਿਟੀ ਦਾਖਲਾ ਲਿਆ ਭੁੱਟੋ ਜੇਲ ਤੇ ਯੂਨੀਵਰਸਟੀਆਂ ਜਮਾਤੀਆਂ ਤੇ ਲੈਫਟ ਲੈਫਟਿਸਟਾਂ ਦਾ ਯੁੱਧ ਪਿਆ ਹੋਵੇ ਤੇ ਰੋਜ਼ ਕੋਈ ਨਾ ਕੋਈ ਵਕੂਆ ਹੋ ਜਾਣਾ ਜਮਾਤੀਆਂ ਨੂੰ ਖੁੱਲ ਤੇ ਕਿਸੇ ਨਾ ਕਿਸੇ ਨੂੰ ਕੁੱਟ ਛਾੜ ਦਿੰਦੇ ਉਹਨਾਂ ਦੇ ਖਿਲਾਫ ਪਰਚਾ ਨਾ ਹੋਣਾ ਤੇ ਰਿਆਸਤ ਸਵੇ ਜਮਾਤੀਆਂ ਦੇ ਪਿੱਛੇ ਸੀ ਜੇਲਾਂ ਵੀ ਉਹਨਾਂ ਨੂੰ ਮਾਰਾਂ ਵੀ ਮੇਰਾ ਕਿਸੇ ਸਿਆਸੀ ਪਾਰਟੀ ਨਾਲ ਤਾਲੁਕ ਤੇ ਨਹੀਂ ਸੀ ਪਰ ਉੱਠਦਾ ਬਹਿੰਦਾ ਖੱਬਿਆਂ ਨਾਲ ਹੀ ਸੀ ਤੇ ਇਸ ਲਈ ਜਦ ਮੈਂ ਪਹਿਲੇ ਦਿਨ ਯੂਨੀਵਰਸਿਟੀ ਮੈਰਿਟ ਲਿਸਟ ਵਿੱਚ ਆਪਣਾ ਨਾਂ ਵੇਖਦਾ ਪਿਆ ਸੀ ਤੇ ਦੋ ਤਿੰਨ ਜਮਾਤੀਏ ਪਤਾ ਨਹੀਂ ਕਿੱਥੋਂ ਆ ਗਏ ਤੇ ਮੇਰਾ ਨਾਂ ਪੁੱਛਿਆ ਮੈਂ ਕਿਹਾ ਕਾਦੇ ਲਈ ਨਾਂ ਪੁੱਛਦੇ ਹੋ ਇੱਕ ਮੁੰਡੇ ਖਿੱਚ ਕੇ ਮੇਰੇ ਮੂੰਹ ਤੇ ਚੰਡ ਮਾਰੀ ਤੇ ਗਾਲੀ ਕੱਢਾਉਣ ਲੱਗਾ ਇਸ ਲਈ ਨਾਂ ਦੱਸ ਮੇਰਾ ਨਾਂ ਮੈਰਿਟ ਲਿਸਟ ਪਹਿਲੇ ਕੁਝ ਪੜਿਆਰਾਂ ਵਿੱਚ ਸੀ ਰੋਣ ਨਾਲ ਮੇਰਾ ਮੂੰਹ ਲਾਲ ਹੋ ਗਿਆ ਪਰ ਮੈਂ ਲਿਸਟ ਉੱਤੇ ਆਪਣਾ ਨਾਂ ਆਪਣੇ ਨਾਂ ਤੇ ਉਂਗਲ ਧਰ ਦਿੱਤੀ ਠੀਕ ਹੈ ਕੋਈ ਪੰਗਾ ਨਾ ਕਰੀ ਨਹੀਂ ਤਾਂ 2 ਸਾਲ ਪੂਰੇ ਨਹੀਂ ਕਰ ਸਕਾਂਗਾ ਕਲਾਸ ਪੜੋ ਤੇ ਘਰ ਜਾਓ ਉਹ ਛਿੱਬੀਆਂ ਦਿੰਦੇ ਤੁਰ ਗਏ ਸਮਰੀਨ ਜਿਹੜੀ ਹੁਣ ਤੱਕੀ ਦੀ ਬੋਟੀ ਹੈ ਉਹ ਵੀ ਨੇੜੇ ਖਲੋਤੀ ਸਭ ਵੇਖਦੀ ਪਈ ਸੀ ਉਹ ਵੀ ਮੈਰਿਟ ਲਿਸਟ ਵੇਖਣ ਆਈ ਸੀ ਉਹਨਾਂ ਦੇ ਜਵਨ ਪਿਛੋਂ ਝੱਟ ਮੇਰੇ ਕੋਲ ਆਈ ਤੇ ਪੁੱਛੇ ਪਈ ਕਿਉਂ ਮਾਰਿਆ ਉਹਨਾਂ ਤੁਹਾਨੂੰ ਮੈਂ ਦੱਸਿਆ ਪਤਾ ਨਹੀਂ ਜਾਂਦੇ ਮੈਨੂੰ ਆਪਣੇ ਪੈਂਫਲਟ ਵੀ ਫੜਾ ਗਏ ਸਨ ਜਿਹੜੇ ਉਹਦੇ ਅੱਗੇ ਕਰ ਦਿੱਤੇ ਜਮਾਤੀ ਜਮਾਈਤੀ ਸਨ ਉਹ ਪੰਮਫਲਟ ਵੇਖਦੇ ਦੱਸਿਆ ਮੈਂ ਉਹਨੂੰ ਦੱਸਿਆ ਮੈਂ ਤਾਂ ਮੈਰਿਟ ਲਿਸਟ 'ਚ ਆਪਣਾ ਨਾਮ ਵੇਖਣ ਆਇਆ ਸੀ ਪਰ ਹੁਣ ਦਾਖਲਾ ਲੈਣ ਨੂੰ ਜੀ ਨਹੀਂ ਕਰਦਾ ਉਹਨੇ ਆਪਣਾ ਦੱਸਿਆ ਤੇ ਜ਼ੋਰ ਪਾਇਆ ਵੀ ਮੈਂ ਦਾਖਲਾ ਜ਼ਰੂਰ ਲਵਾਂ ਕੁਛੇਰ ਗੱਲਾਂ ਗੱਲਾਂ ਕਰਦੇ ਹਾਂ ਅਸੀਂ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਨਹਿਰ ਨਾਲੂ ਸ੍ਰੀ ਯੂਨੀਵਰਸਿਟੀ ਸਾਨੂੰ ਆਕਸਫੋਰਡ ਤੋਂ ਘੱਟ ਨਹੀਂ ਲੱਗਦੀ ਸੀ ਕਰਦੇ ਕਰਦੇ ਸਿਆਲ ਛੱਡ ਗਿਆ ਤੇ ਜਦ ਯੂਨੀਵਰਸਿਟੀ ਦੀਆਂ ਕਲਾਸਾਂ ਛੁਈਆਂ ਉਹ ਸਭ ਤੋਂ ਪਹਿਲੇ ਮੈਨੂੰ ਡਿਪਾਰਟਮੈਂਟ 'ਚ ਮਿਲੀ ਤੇ ਉਸ ਮੈਨੂੰ ਕਿੰਨੀਆਂ ਹੀ ਕੁੜੀਆਂ ਨਾਲ ਮਿਲਾਇਆ ਮੈਂ ਮੋੜੀ-ਮੋਟੀ ਸ਼ਾਇਰੀ ਵੀ ਕਰਨਾ ਸੀ ਤੇ ਸਮਰੀਨ ਸਾਰੀ ਕਲਾਸ ਨੂੰ ਲੈ ਕੈਂਟੀਨ ਚਾਹ ਪੀਵਾਨ ਲੈ ਗਈ ਤੇ ਮੇਰੇ ਤੋਂ ਸ਼ਾਇਰੀ ਸੁਣਨ ਦੀ ਮੰਗ ਕੀਤੀ ਖਬਰੇ ਆਪਣੀ ਮਿਲਣੀ ਚ ਉਹਦੇ ਉੱਤੇ ਰੋਹ ਪਾਣ ਲਈ ਦੱਸਿਆ ਹੋਣਾ ਤੇ ਪੋ ਮਾਗਦੇ ਦਿਨ ਹੋਵਣ ਤੇ ਯੂਨੀਵਰਸਿਟੀ ਆਪਣੇ ਸੁਹੱਪਣ ਚ ਨਿਸ਼ਾਈ ਜਈ ਕੈਂਟੀਨ ਚ ਬੈਠੇ ਮੈਂ ਸੰਘਣੇ ਰੁੱਖਾਂ ਵੱਲ ਤੱਕਿਆ ਜਿਨ੍ਹਾਂ ਵਿੱਚ ਹਰੀ-ਹਨੇਰੀ ਦਾ ਝੋਲਾ ਭਵੇ ਸਿਆਲ ਦੀ ਚੁੱਪ ਰੁੱਖਾਂ ਅੰਦਰ ਭੇਤ ਬਣਵਾਏ ਸਮਰੀਨ ਕਾ ਮੇਰੇ ਨੇੜੇ ਹੋ ਕੇ ਆਖਣ ਲੱਗੀ ਸੁਣਾਈ ਨਾ ਆਪਣੀ ਨਜ਼ਮ शाम का वक्त था और हम एक दायरे में बैठे थे मेरे दोस्त के मुंह से बोल यूं झड़ रहे थे जैसे दरख्तों के पत्ते हम हम मातन गोश थे लफ्जों के इसरार में गम फिर उसने हमें कहानी सुनाई उस लड़की से मुवासलत की जो उसने कभी नहीं की थी ઉસકે મોં સે બોલیاں ਝੜ ਰਹੇ تھے جیسے ચાંદી કે સિક્کے ਪਰ ਮੇਰਾ ਦਿਲ ਖਾਲੀ tha ਖਿਜ਼ਾਂ ਕੇ ਜ਼ਰਦ ਪੱਤੇ ਹਮਾਰੇ ਪੈਰੋਂ ਕੋ ਛੂਕਰ ਗੁਮ ਹੋ ਗਏ ਫਿਰ ਹਮ ਵਿਚੜ ਗਏ ਕبھی ਨਾ ਮਿਲਨੇ ਕੇ ਲਈ ਫਿਰ ਇਕ ਰਾਤ ਮੈਨੇ ਖواب મેં دیکھا بہار ਕਾ ਮੌਸਮ tha ਔਰ ਹਮ ਦਾਇਰੇ મેં ਬੈਠੇ thee ਕੁੜੀਆਂ ਨੂੰ ਸੱਪ ਸੌਂ ਗਿਆ ਸਾਡਾ ਟੈਕਾ ਬਣ ਗਿਆ ਮੇਰੀ ਨਜ਼ਰ ਕਲਾਸ ਧੁੰਮ ਗਈ ਤੇ ਸਮਰੀ ਨਾਲ ਦੋਸਤੀ ਹੋ ਗਈ ਮੋੜ ਮੈਂ ਯੂਨੀਵਰਸਿਟੀ ਛੱਡ ਤੁਰ ਗਿਆ ਕਈ ਆਪਣੇ ਆਪਣੇ ਨਾਵਾਂ ਨਾਲ ਉਹ ਨਜ਼ਮ ਸੁਣਾਉਂਦੇ ਰਹੇ ਮੈਂ ਫਲਸਫੇ ਚ ਦਾਖਲਾ ਲਿਆ ਸੀ 43 ਪੜਾਇਆ ਪੜਿਆਰਾਂ ਦੀ ਜਮਾਤ ਵਿੱਚ 37 ਕੁੜੀਆਂ ਤੇ 5 ਮੁੰਡੇ ਸਨ ਬਹੁਤ ਮਾੜੇ ਘਰ ਦਾ ਜੀ ਸਮਾਂ ਕੁੜੀਆਂ ਬਹੁਤੀਆਂ ਸੌਖੇ ਘਰਾਂ ਤੇ ਸਨ ਤੇ ਬਸ ਰਿਸ਼ਤੇ ਮਿਲਣ ਦੀ ਉਡੀਕ ਚ ਸਨ ਤੇ ਪੜਾਈ ਬਸ ਐਵੇਂ ਹੀ ਕਰਦੀਆਂ ਰਹੀਆਂ ਸਨ ਮੇਰੇ ਕੋਲ 1-2 ਰੁਪਏ ਹੁੰਦੇ ਸਨ ਜਿਸ ਚ ਰੋਟੀ ਵੀ ਖਾਣੀ ਚਾਹ ਵੀ ਪੀਣੀ ਕੀ ਕਿਪਸਟਨ ਦੇ ਸਿਗਰਟਰੀ ਤੇ ਇੱਕ ਸਿਗਰਟ 4 ਰੁਪਏ ਦਾ ਸੀ ਤੇ ਕਾਮਰੇਡ ਸਾਦਾ K2 ਪਿੰਦੇ ਸੰ ਫਿਲਟਰ ਦੇ ਬਗੈਰ ਤੇ ਤੋਂ ਪਹਿਲਾਂ ਕੈਂਚੀ ਸੁਣਿਆ ਸਭ ਤੋਂ ਸਸਤਾ ਸਿਗਰਟ ਸੀ ਮੇਰਾ ਚਾਚਾ ਵੁੱਡ ਬਾਈਂਡ ਪੀਂਦਾ ਸੀ ਜਿਹੜਾ ਮੈਂ ਸਕੂਲ 'ਚ ਚੋਰੀ ਕਰਕੇ ਪੀਤਾ ਸੀ ਪਰ ਸਮਰੀਨ ਮੇਰਾ ਖਰਚਾ ਕਰਨ ਲੱਗ ਪਈ ਨਹਿਰ ਦੇ ਨਾਲ ਲੱਕੜ ਦੇ ਟੁੱਟੇ ਪੇ ਜੇ ਖੋਖੇ ਹੁੰਦੇ ਸਨ ਚਾਹ ਤੇ ਕਫ ਜਿੱਥੇ ਆਮਲੇਟ ਵਗੈਰਾ ਮਿਲ ਜਾਂਦੇ ਸਨ ਤੇ ਨਹਿਰ 'ਚ ਕਿਸ਼ਤੀਆਂ ਹੁੰਦੀਆਂ ਸਨ ਹਰ ਵੇਲੇ ਦੋ ਚਾਰ ਕਿਸ਼ਤੀਆਂ ਖੜੀਆਂ ਹੋਣੀਆਂ ਤੇ ਕਿਸ਼ਤੀਆਂ ਚਲਾਣ ਦਾ ਮੇਰਾ ਝਾਕਾ ਪਾਰੇ ਨੇ ਲਾਇਆ ਸੀ ਕਿਉਂ ਜੋ ਪਾਣੀ ਠੋਕਰ ਨਿਆਜ਼ ਬੈਂਕ ਵੱਲ ਵਗਦਾ ਏ ਇਸ ਲਈ ਉਧਰ ਤਾਂ ਸੌਖੀ ਚਲੀ ਜਾਂਦੀ ਸੀ ਪਰ ਮੋੜ ਕੇ ਲਿਆਣੀ ਔਖੀ ਸੀ ਉਹਦਾ ਪਾ ਅਸੀਂ ਕੀਤਾ ਕਿ ਜਦ ਪਾਣੀ ਦਾ ਵਗ ਤਿਰਖਾ ਹੋਣਾ ਅਸੀਂ ਕਿਸ਼ਤੀ ਕੰਢੇ ਰਸੇ ਨਾਲ ਖਿੱਚ ਮੋੜ ਲਿਆਣੀ ਤੇ ਨਹਿਰ ਉੱਤੇ ਲੱਕੜ ਦੇ ਪੁਲ ਵੀ ਹੁੰਦੇ ਸਨ ਤੇ ਪੁਲਾਂ ਥੱਲੇ ਉਹਦਾ ਜਿਆ ਵੀ ਹੋ ਜਾਂਦਾ ਸੀ ਹਨੇਰਾ ਜਿਆ ਵੀ ਇਕ ਦਰ ਮੈਂ ਸਮਰੀਨ ਕਿਸ਼ਤੀ ਚਲਾਉਣ ਲੱਗੇ ਤੇ ਜਦ ਕਿਸ਼ਤੀ ਪੂਲ ਹੇਠਾਂ ਆਈ ਤੇ ਇੱਥੇ ਹਨੇਰਾ ਜਾਇਆ ਸੀ ਮੈਂ ਚੁੱਪ ਕਰਕੇ ਉਹਨੂੰ ਚੁੰਮ ਲਿਆ ਤੇ ਉਹਨੂੰ ਘੁੱਟ ਕੇ ਜੱਫੀ ਪਾ ਲਈ ਤੇ 1-2 ਮਿੰਟ ਪਾਈ ਰੱਖੀ ਉਹ ਸੌਲੀ ਨਾਲ ਮੈਨੂੰ ਪਰੇ ਕੀਤਾ ਤੇ ਖੇੜਖੜਾ ਹੱਸ ਪਈ ਬਸ ਇਹੋ ਕੱਲੀ ਯਾਦ ਸੀ ਸਾਡੇ ਤਾਲੁਕ ਦੀ ਤੱਕੀ ਨੂੰ ਮਿਲਣ ਜਾਂਦੇ ਮੈਂ ਨਾ ਯਾਦਾਂ ਦੇ ਹੜ ਵਿੱਚ ਸਾਂ ਫਿਰ ਗੈਬਿਸ਼ਾ ਦੱਸਣ ਲੱਗ ਪਿਆ ਉਹਨੇ ਪਿਛਲੇ 40 ਵਰਿਆਂ ਚ ਤੱਕੀ ਨਾਲ ਸੰਗਾ ਰੱਖਿਆ ਸੀ ਇਹ ਉਹਦਾ ਗੁਣ ਸੀ ਉਹ ਸਭ ਦੀ ਖਬਰ ਰੱਖਦਾ ਸੀ ਤੱਕੀ ਮੈਂ ਥੋ ਇੱਕ ਜਮਾਤ ਜੂਨੀਅਰ ਸੀ ਯੂਨੀਵਰਸਿਟੀ ਵਿੱਚ ਮੈਂ ਤਾਂ ਯੂਨੀਵਰਸਿਟੀ ਛੱਡ ਗਿਆ ਸੀ ਪਰ ਉਹਦਾ ਸਮਰੀ ਨਾਲ ਵਿਆਹ ਹੋ ਗਿਆ ਉਹ ਮੇਰੀ ਵੀ ਸਹੇਲੀ ਸੀ ਪੁਰਾਣੇ ਬੇਲੀ ਕਹਿੰਦੇ ਸਨ ਜੋ ਯੂਨੀਵਰਸਿਟੀ ਰਹਿੰਦਾ ਤੇ ਖਬਰੇ ਮੇਰਾ ਉਹਦੇ ਨਾਲ ਵਿਆਹ ਹੋਣਾ ਸੀ ਇਹ ਐਵੇਂ ਦਿਲ ਪਰਚਾਵਣਵ ਦੀਆਂ ਗੱਲਾਂ ਨਹੀਂ ਇੱਕ ਸੈਮੈਸਟਰ ਕਰਕੇ ਪੜਾਈ ਛੱਡ ਦਿੱਤੀ ਕਿਉਂ ਜੇ ਇਸਲਾਮੀ ਪਾਰਟੀ ਵਾਲੇ ਰੋਜ਼ ਮੁੰਡਿਆਂ ਨੂੰ ਕੁੱਟਦੇ ਸਨ ਤੇ ਜੇ ਕਿਸੇ ਕੁੜੀ ਨਾਲ ਗੱਲ ਕਰ ਲਈ ਜਾਂ ਕੈਫੇ ਚਾਹ ਪੀ ਲਈ ਇੱਕ ਦਿਨ ਮੈਂ ਸਮਰਿੰਦ ਨਾਲ ਕੈਂਟੀਨ ਬੈਠਾ ਸਾਂ ਉਹ ਮੈਨੂੰ ਭੜ ਲਿਆ ਤੇ ਕੁੱਟਣ ਲੱਗ ਪਏ ਤੇ ਮੇਰੇ ਨੱਕ ਚੋਂ ਲਹੂ ਵਗਣ ਲੱਗ ਪਿਆ ਬੁੱਲ ਸੁੱਜ ਗਏ ਅੱਖਾਂ ਅੱਗੇ ਨੇਹਰਾ ਆ ਗਿਆ ਸਮਰਿੰਦ ਚੀਕਦੀ ਰਹੀ ਛੇਤੀ ਹੋਰ ਮੁੰਡੇ ਵੀ ਆ ਗਏ ਤੇ ਉਹ ਭੱਜ ਗਏ ਸਾਡੇ ਪਹਿਲੇ ਸੈਮਿਸਟਰ ਦੇ ਇਮਤਿਹਾਨ ਹੋ ਗਏ ਸਨ ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਸਨ ਤੇ ਮੈਂ ਨਾ ਬਦ ਦਿਲ ਹੋਇਆ ਪੀ ਯੂਨੀਵਰਸਿਟੀ ਛੱਡ ਦਿੱਤੀ ਤੇ ਗਰਮੀਆਂ ਚ ਮੁਲਕੋਂ ਬਾਹਰ ਚਲਾ ਗਿਆ ਦੋ ਚਾਰ ਮੁਲਕਾਂ ਦੇ ਵੀਜ਼ੇ ਲੈ ਕੇ ਸੜਕੋ ਸੜਕ ਯਾਰ ਪੱਪੜ ਗਿਆ ਮੇਰੀ ਕਲਾਸ ਨੂੰ ਉਦੋਂ ਪਤਾ ਚੱਲਿਆ ਜਦ ਯੂਨੀਵਰਸਿਟੀ ਖੁੱਲੀ ਪੁੱਟੋ ਦੀ ਫਾਹੀ ਪਿੱਛੇ ਯੂਨੀਵਰਸਿਟੀ ਕੁਝ ਵੇਲੇ ਬੰਦ ਰਹੀ ਤੱਕੀ ਐਮਏ ਕਰ ਖਬਰੇ ਦੋ ਚਾਰ ਵਾਰੀਆਂ ਪਿੱਛੇ ਸਮਰੀਦ ਨਾਲ ਵਿਆਹ ਕੀਤਾ ਉਸ ਕਾਲੀਨਾ ਦਾ ਕੰਮ ਛੋਇਆ ਬੋਰਡ ਚੌਂਕ ਕੋਲ ਨਿਕਲਸਨ ਰੋਡ ਉਤੇ ਉਹਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਉਸ ਸ਼ਹਿਰ ਦੀ ਇੱਕ ਨਵੀਂ ਉਸਰੀ ਬਸਤੀ 'ਚ ਘਰ ਬਣਾਇਆ ਸੀ ਚਾਰ ਪੈਸੇ ਹੋਣੇ ਤਦ ਹੀ ਬਣਾਇਆ ਹੋਣਾ ਅਸੀਂ ਜਦ ਅਪੜੇ ਉਹ ਸਾਨੂੰ ਡੀਕ ਦਾ ਪਿਆ ਸੀ ਵਿਲਾਈਤੀ ਬੋਤਲ ਰੱਖ ਕੇ ਉਹਨੂੰ ਮਿਲ ਕੇ ਪਿਛਲਾ ਸਾਰਾ ਜਹਾਨ ਚੇਤੇ ਆ ਗਿਆ ਸੋਹਣੇ ਮੁੰਡੇ ਨਾਲ 28 ਵਰਿਆਂ ਪਿਛੋਂ ਫੋਨ ਤੇ ਗੱਲ ਹੋਈ ਤੱਕੀ ਨੂੰ ਮੇਰਾ ਕਿਸ਼ਨਗਰ ਦਾ ਘਰ ਬਹੁਤ ਚੰਗੀ ਤਰ੍ਹਾਂ ਯਾਦ ਸੀ ਕਿੰਨੀ ਦੇਰ ਉਸ ਘਰ ਦੀਆਂ ਉਹਨਾਂ ਦਿਨਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਮੈਂ ਲੰਮੀ ਪ੍ਰੋਫੈਸਰੀ ਪਿਛੋਂ ਰਿਟਾਇਰ ਹੋਇਆ ਕੁਝ ਕਿਤਾਬਾਂ ਵੀ ਲਿਖ ਲਈਆਂ ਨੇ ਅਕੇ ਤੂੰ ਚੰਗਾ ਰਹੇ ਪਰ ਯੂਨੀਵਰਸਿਟੀ ਨਹੀਂ ਛੱਡਣੀ ਚਾਹੀਦੀ ਸੀ ਅਸਾਂ ਤੇ ਜਮਾਈਤਿਆਂ ਨਾਲ ਚੁੱਪ ਜੀ ਸਮਝੌਤੇ ਕਰਕੇ ਵਿਲਾ ਲੰਗਾ ਲਿਆ ਤੂੰ ਵੀ ਕਰ ਲੈਨੋ ਤੇ ਜਿਉਂ-ਜਿਉਂ ਮਹਿਫਿਲ ਭਖਦੀ ਏ ਤੱਕੀ ਹੋਰ ਮੱਚੀ ਜਾਂਦਾ ਅਸੀਂ ਸਾਰੇ ਬੇਲੀਆਂ ਨੂੰ ਯਾਦ ਕਰਨੇ ਆ ਤੱਕੇ ਨੂੰ ਗੰਠੀਆ ਹੋ ਗਿਆ ਉਸ ਦੱਸਿਆ ਪਿੱਛੇ ਓਕਾ ਰਹਿ ਗਿਆ ਸੀ ਪਿਸ਼ਾਬ ਦੀ ਨਾਲੀ ਲੱਗ ਗਈ ਪਰ ਫੇਰ ਉਹਨੇ ਇੱਕ ਦਿਨ ਸਭ ਲਾਹ ਸੁਟਿਆ ਤੇ ਹੁਣ ਚੰਗਾ ਭਲਾ ਏ ਪਰ ਉਹਦੀ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਕੁਝ ਮੁੜ ਜੀਆਂ ਗਈਆਂ ਨੇ ਤੀਜੇ ਚੌਥੇ ਪਿਆਲੇ ਉੱਤੇ ਇੱਕਦਮ ਬਦਲ ਜਾਂਦਾ ਗਾਲਾਂ ਕਢਦਾ ਹੈ ਹਰ ਸ਼ਾਇ ਪਿਆੜੀ ਹਰ ਸ਼ਾਇ ਹਰ ਬੰਦੇ ਨੂੰ ਉਹ ਗਾਲ ਕਢਦਾ ਹੈ ਗੈਬ ਸ਼ਾ ਬੋਰ ਹੋ ਜਾਂਦਾ ਹੈ ਉਹਨੂੰ ਸਵਾਦ ਨਹੀਂ ਆ ਰਿਹਾ ਉਹ ਮੈਨੂੰ ਸਹਨਤ ਕਰਦਾ ਵੀ ਚੱਲੀਏ ਮੈਨੂੰ ਉਹਦੀ ਆਦਤ ਦਾ ਪਤਾ ਹੈ ਪਹਿਲੇ ਉਹਨੂੰ ਮਿਲਣ ਦਾ ਬੜਾ ਚਾਹ ਹੁੰਦਾ ਹੈ ਤੇ ਜਦ ਮਤਲਬ ਦੀ ਗੱਲ ਨਾ ਹੋਵੇ ਤੇ ਫਿਰ ਬੜੀ ਛੇਤੀ ਅੱਕ ਜਾਂਦਾ ਹੈ ਤੇ ਨਸਣ ਦੀ ਪੈ ਜਾਂਦੀ ਹੈ ਮੈਨੂੰ ਕੋਈ ਕਾਲ ਨਹੀਂ ਸੀ ਮੈਂ ਸਮਰੀਨ ਨਾਲ ਗੱਲਾਂ ਕਰਨਾ ਚਾਹੁੰਦਾ ਸੀ ਸਮਰੀਨ ਇੱਕੋ ਵਾਰ ਕਮਰੇਜ ਕੋਈ ਸ਼ਾਇ ਚੁੱਕਣ ਆਂਦੀ ਤੁਸੀਂ ਇੱਕ ਵਾਰ ਵੀ ਮੇਰੇ ਵੱਲ ਤੱਕਿਆ ਨਹੀਂ ਉਹ ਚੱਲੀ ਜੀ ਹੋ ਗਈ ਤੇ ਫਿਰ ਤੱਕੀ ਉਹਦਾ ਧਿਆਨ ਦਵਾਂਦੇ ਆਖਿਆ ਸੀ ਵੇ ਕਾਣਾ ਐ ਮੈਨੂੰ ਵੇਖ ਉਹ ਝੱਭਦੀ ਅਗਾ ਹੁੰਦੀ ਐ ਤੇ ਮਲਕੜੀ ਜੀ ਅੰਛੋਈ ਗਲਬਕੜੀ ਪਾਂਦੀ ਐ ਤੇ ਮੈਂ ਉਹਦੀ ਪਿੱਠ ਤੇ ਹੱਥ ਫੇਰਨਾ ਤੋਂ ਮੇਰਾ ਹੱਥ ਆਪਣੇ ਦੋਹਾਂ ਹੱਥਾਂ 'ਚ ਲੈ ਲੈਂਦੀ ਐ ਉਹਨੂੰ ਮਿਲ ਮੇਰਾ ਦਿਲ ਦੁੱਖ ਨਾਲ ਭਰ ਜਾਂਦਾ ਤੇ ਜੁਰਮੀ ਜਿਹਾ ਮਹਿਸੂਸ ਕਰਨਾ ਇੱਕ ਦੋ ਗੱਲਾਂ ਕਰਕੇ ਮੁੜ ਆਪਣਾ ਮੋਬਾਈਲ ਮੇਰੇ ਹੱਥ ਫੜਾ ਚਲੀ ਜਾਂਦੀ ਐ ਵੀ ਤੁਸੀਂ ਇਹ ਪੋਸਟ ਵੇਖੀਏ ਪੂਰੇ ਵੇਲੇ ਕੁਵਾਰੀ ਵੀ ਮੈਂ ਦੋਵਾਂ ਨੂੰ ਗੱਲ ਕਰਦੇ ਨਾ ਵੇਖਿਆ ਪੁਰਾਣੇ ਵਰੀਆਂ ਬੱਦੇ ਰਹਿਣ ਸਾਂ ਚਰਜ ਜਿਹੀ ਮਿਲਨੀ ਅਚੇਤ ਬੇਪਰਵਾਹੀ ਕਈ ਵਾਰ ਉਸ ਖਾਣੇ ਦਾ ਪੁੱਛਿਆ ਪਰ ਤੱਕੀ ਹਰ ਵਾਰ ਨਾਂ ਕਰ ਦੇਵੇ ਨਹੀਂ ਖਾਣਾ ਨਹੀਂ ਖਾਣਾ ਫਿਰ ਉਸ ਰਹਿੰਦੀ ਬੋਤਲ ਕਿੰਨੀ ਸਾਰੀ ਮੇਰੇ ਗਲਾਸ 'ਚ ਪਾ ਦਿੰਦੀ ਪੀ ਗੈਬਸ਼ਾ ਤੱਕੀ ਨਾਲ ਕੋਈ ਪੁਰਾਣੀ ਗਰਾਰੀ ਫਸਾ ਬੈਠਾ ਤੇ ਸਾਨੂੰ ਗੱਲਾਂ ਕਰਨ ਦੀ ਵਾਥ ਲੱਭ ਗਈ ਤੇ ਦਾਰੂ ਦੀਆਂ ਬਹਿਣੀਆਂ ਸੱਪ ਦੀ ਜੂਨ ਹਰ ਹੁੰਦੀਆਂ ਨੇ ਹਜ਼ਾਰ ਰੰਗ ਵਟਾਉਂਦੀਆਂ ਨੇ ਤੇ ਰੱਜ ਪਿਆਰ ਦੇ ਹੜ ਚੜਦੇ ਤੇ ਅੰਦਰ ਦੀਆਂ ਚ ਲੜਾਈਆਂ ਵੀ ਮੋਹਰੇ ਆਉਂਦੀਆਂ ਨੇ ਸਮਰੀ ਨਾ ਕੇ ਮੇਰੇ ਨਾਲ ਇੱਕ ਦੋ ਗੱਲਾਂ ਕਰੇ ਤੇ ਚਲੀ ਜਾਏ ਫਿਰ ਫੋਟੋਆਂ ਦੀ ਐਲਬਮ ਲੈ ਆਈ ਸਾਡੀ ਜਮਾਤ ਚ ਬਹੁਤੀਆਂ ਕੁੜੀਆਂ ਸਨ ਤੇ ਕਈ ਬਹੁਤ ਅਮੀਰ ਤੇ ਸੋਹਣੀਆਂ ਸਨ ਐਲਬਮ ਚ ਸਾਰੀਆਂ ਜਮਾਤ ਦੀਆਂ ਕੁੜੀਆਂ ਦੀਆਂ ਫੋਟੋਆਂ ਸਨ ਉਸ ਮੇਰੇ ਕੰਨ ਚ ਕਹੇ ਬਾਹਰ ਚਲਾ ਗਿਆ ਤੂੰ ਇਹਨਾਂ ਕੁੜੀਆਂ ਨੂੰ ਛੱਡ ਗਿਆ ਐ ਜਿਵੇਂ ਤੁਹਾਨੂੰ ਪਤਾ ਸੀ ਹੁਣ ਨਹੀਂ ਪਰਤਿੰਗਾ ਤੂੰ ਅੱਖ ਨਹੀਂ ਮਿਲਾਈ ਸੀ ਮਾਰ ਤੂੰ ਮੇਰੇ ਪਰੋਂ ਖਾਦੀ ਤੇ ਜੇ ਤੇਰੇ ਨਾਲ ਹੁੰਦੀ ਉਹਨਾ ਨਹੀਂ ਸੀ ਮਰਨਾ ਜਦੋਂ ਉਹਨਾਂ ਮਾਰਿਆ ਮੇਰੇ ਸਾਹਮਣੇ ਤੂੰ ਮੈਨੂੰ ਜਿੱਤ ਲਿਆ ਸੀ ਪਰ ਤੈਨੂੰ ਬਚਾ ਨਹੀਂ ਸਕਦੀ ਸੀ ਇਸ ਲਈ ਤੈਨੂੰ ਕਦੀ ਆਵਾਜ਼ ਨਹੀਂ ਮਾਰੀ ਮੈਂ ਐਲਬਮ ਦੀਆਂ ਫੋਟੋਆਂ ਦੇ ਵੇਖਦੇ ਆਖਿਆ ਮੈਨੂੰ ਨਹੀਂ ਜਾਣਾ ਚਾਹੀਦਾ ਸੀ ਫਿਰ ਅਸੀਂ ਫੋਨ ਨੰਬਰ ਵੀ ਵਟਾਏ ਬੜੀਆਂ ਗੱਲਾਂ ਹੋਈਆਂ ਤੇ ਮੈਂ ਵੀ ਤੱਕੀ ਉਹਲਾ ਕਰ ਪੁੱਛਿਆ ਖੁਸ਼ ਹੈ ਉਸ ਅੰਤਾਂ ਦੀ ਉਦਾਸੀ ਨਾਲ ਮੇਰੇ ਵੱਲ ਵੇਖਿਆ ਤੇ ਆਖਿਆ ਨਹੀਂ ਤੇ ਮੋਰ ਸਹਨਤ ਜੀ ਕੀਤੀ ਪਈ ਤੇਰੇ ਸਾਹਮਣੇ ਹੀ ਹੈ ਉਹਨਾਂ ਦਾ ਬਾਲ ਵੀ ਕੋਈ ਨਹੀਂ ਸੀ ਥੋੜੇ ਚਿਰ ਨੂੰ ਰੋਟੀ ਲੱਗ ਗਈ ਤਾਂ ਕਿ ਆਖੀ ਜਾਏ ਰੋਟੀ ਤੇਰੇ ਲਈ ਪੱਕੀ ਏ ਤੂੰ ਖਾ ਉਸ ਤੇਰੇ ਲਈ ਪਕਾਈ ਏ ਤੇਰੇ ਲਈ ਬਣਾਈ ਏ ਉਸ ਆਫੇ ਰੋਟੀ ਵੀ ਨਹੀਂ ਖਾਦੀ ਤੇ ਆਖਦਾ ਰਿਆ ਕੈਲਰੀਜ਼ ਹੋਣੀਆਂ ਚਾਹੀਦੀਆਂ ਮੇਰੀਆਂ ਪੂਰੀਆਂ ਨੇ ਮੈਂ ਕੈਲਰੀਜ਼ ਲੈ ਰਿਆ ਤੇ ਜਦ ਅਸੀਂ ਤੁਰਨ ਲੱਗੇ ਤਾਂ ਕਿ ਮੈਨੂੰ ਚੁੰਮੀ ਜਾਵੇ ਚੁੰਮੀ ਤੇ ਸਾਡੇ ਨਾਂ ਕਰਦੇ ਕਰਦੇ ਬਾਹਰ ਛੱਡਣਾ ਆਇਆ ਗੰਠੀਏ ਪਾਰੋਂ ਉਹਦੇ ਕੋਲ ਤੁਰਿਆ ਨਹੀਂ ਸੀ ਜਾਂਦਾ ਪਰ ਉਹ ਬਾਹਰ ਆਇਆ ਅੱਗੇ ਵੇਖਨੇ ਆ ਤੇ ਮੇਰੀ ਗੱਡੀ ਦਾ ਟਾਇਰ ਪੈਂਚਰ ਏ ਉਹ ਗੱਡੀ ਨੂੰ ਠੁੱਡੇ ਮਾਰਦਾ ਗਾਲਾਂ ਕੱਢੀ ਜਾਂਦਾ ਫਿਰ ਟਾਇਰ ਨੂੰ ਠੁੱਡੇ ਮਾਰਦਾ ਹੈ ਗੈਬਸ਼ਾ ਨਹੀਂ ਉਹਨੂੰ ਫੜਿਆ ਹੋਇਆ ਤੇ ਅੱਧੀ ਰਾਤ ਨੂੰ ਬਹੁਤ ਲੰਘ ਗਈ ਏ ਸਮਰੀਂ ਨਸੀ ਨਸੀ ਬਾਹਰ ਆਉਂਦੀ ਏ ਤੇ ਮੈਨੂੰ ਆਖਦੀ ਏ ਅੰਦਰ ਭੇਜ ਦਿਓ ਇਹਨਾਂ ਨੂੰ ਅੰਦਰ ਲੈ ਆਓ ਤੱਕੀ ਉਂਝੀ ਉੱਚੀ ਬੋਲੀ ਜਾਂਦਾ ਉਹਨੇ ਚਰ ਨੂੰ ਮੈਂ ਟਾਇਰ ਬਦਲ ਲੈਣਾ ਉਹ ਕੁਲ جہਾਨ ਨਾਲ ਲੜਿਆ ਹੋਇਆ ਤੇ ਸਭ ਨੂੰ ਗਾਲਾਂ ਕੱਢੀ ਜਾਂਦਾ ਗੈਬ ਸ਼ਾਹ ਨੂੰ ਬੜੀ ਔਖਤ ਨਾਲ ਘੜੀਸਦਾ ਹੋਇਆ ਅੰਦਰ ਛੱਡ ਕੇ ਆਉਂਦਾ ਤੇ ਸਮਰੀਨ ਬਾਹਰ ਆਉਂਦੀ ਏ ਬਸ ਇਹ ਹਾਲ ਏ ਉਹਦਾ ਸੁਖ ਸ਼ਾਂਤ ਏ ਉਹਦਾ ਮੁਖ ਸ਼ਾਂਤ ਏ ਤੇ ਹੋਰ ਕੋਈ ਗੱਲ ਨਹੀਂ ਕਰਦੀ ਤਾਂ ਮੈਨੂੰ ਮੋੜਾ ਬੰਦਾ ਵੀ ਨਹੀਂ ਕਹਿੰਦੀ ਉਹ ਦੱਸਦਾ ਇੰਜ ਹੀ ਸੀ ਹਾਲ ਮਸਤ ਘਰ ਜਾਂਦੇ ਅਸੀਂ ਦੋਵੇਂ ਚੁੱਪਸਾ ਮੈਨੂੰ ਗਵਰਨਮੈਂਟ ਕਾਲਜ ਤੇ ਉਹਦੇ ਦਿਨ ਚੇਤੇ ਆਈ ਜਾਂਦੇ ਗਵਰਨਮੈਂਟ ਕਾਲਜ 메ਨ ਗੇਟ ਤੋਂ ਵੱੜਦਾ ਹੈ ਹੱਥ 'ਚ ਕ੍ਰੋਥਲੈਂਡ ਹੈਦਰ ਦਾ ਨਵਲਾਕ ਕਦਰ ਆਏ ਜਿਹਦੇ ਕਿਸੇ ਸਫੇ ਤੇ ਨਿਸ਼ਾਨ ਲੱਗਾ ਹੋਇਆ ਕਿੰਨੇ ਚਿਰ ਤੋਂ ਇਹੀ ਨਿਸ਼ਾਨ ਹੈ ਕਿਉਂ ਜੇ ਉਸ ਕਦੀ ਇਹ ਕਿਤਾਬ ਪੜ੍ਹੀ ਇੱਕ ਦੋ ਸਫਿਆਂ ਤੋਂ ਵੱਧ ਉਸ ਕਾਲੀ ਅੰਕ ਲਾਈ ਹੋਈ ਮਨਾਖਾ ਹੋਣ ਪਰ ਉਹਦੀਆਂ ਅੱਖਾਂ ਰੰਗ ਦੇਖਣ ਨੂੰ ਸੈਕਣ ਤੇ ਇਹ ਬਜ ਮੋੜ ਦੇ ਬੜਾ ਕੰਮ ਆਇਆ ਮੇਰਾ ਖਿਆਲ ਹੈ ਸਮਰੀਨ ਦੇ ਦਿਲ 'ਚ ਵੀ ਇਸ ਪਰੋਂ ਤਾਂ ਬਣਾ ਲਈ ਤੈਨ ਜੋ ਛੱਬਦੇ ਅਗਲੇ ਦੀ ਹਮਦਰਦੀ ਜਿੱਤ ਲੈਂਦਾ ਸੀ ਉਸੇ ਜਿਸੇ ਜੇ ਕਾਲਜ ਦੇ ਗੇਟ ਤੋਂ ਅਗਾਹ ਵੱਲ ਤੁਰਦਾ ਹੈ ਉਹ ਸਾਰਿਆਂ ਨਾਲ ਸਲਾਮਾਂ ਲੈਂਦਾ ਹਾਲਚਾਲ ਪੁੱਛਦਾ ਮੈਨੂੰ ਕਾਲ ਕਰਦਾ ਜਾਂਦਾ ਹੈ। ਉਹਦੀ ਚਾਲ ਤੇ ਸ਼ਾਨ ਹੈ ਜਿਵੇਂ ਮੈਂਬਰ ਅਸੈਂਬਲੀ ਹੋਵੇ ਉਸ ਵੇਲੇ ਪੜਿਆ ਰਾਗੂਆਂ ਨੂੰ ਆਦਤ ਹੁੰਦੀ ਸੀ ਕਿ ਉਹ ਨਾਲ ਦੋ ਚਾਰ ਬੰਦੇ ਜੋੜ ਕੇ ਤੁਰਦੇ ਸਨ। ਇਕੱਲਾ ਤੁਰਨਾ ਆਪਣੀ ਬਿਆਦਰੀ ਸਮਝਦੇ ਸਨ ਪਰ ਬਹੁਤੀ ਵਾਰੀ ਇਕੱਲਾ ਹੀ ਹੁੰਦਾ ਸੀ। ਅਸੀਂ ਅਜੇ ਚੋਣਾ ਲੜਨੀਆਂ ਸਨ, ਆਗੂ ਬਣਨਾ ਸੀ। ਧੰਨਵਾਦ।